सम्मान्य गुरु सवारियो, वाहगुरु जी का खालसा, वाहगुरु जी की फतेह। सिख मिशन कॉलेज लुधियाना वालों SMC गुरमत क्लॉथ USA विच आप सारिया नूं जी आया, सारिया का स्वागत है। हर शनिवार सैटरडे शनिचरवार असी किसी ना किसी विशेष विषय के उत्ते विचार करते हाँ। अज की साड़ी विचार का विशा गुरमत विच मेरी पीरी का की संकल्प है, इस विषय से अज विचार साझे करते हैं। विचारां दे नाल हाजरी भर रहे हैं वीर प्रिंसीपल चरणजीत सिंह जी, सिख मिशन कॉलेज आनंदपुर साहब। तो मैं वीर जी नूं, वीर चरणजीत सिंह जी नूं बेनती कर रहा हाँ, अज मेरी पीढ़ी के संकल्प ते गुरमत के विषय के उत्ते साडे नाल विचार साझे करन वीर चरणजीत सिंह जी। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ। ਆਤਮ ਜਿਨ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਪਰਮ ਸਤਿਕਾਰਯੋਗ ਸਿੱਖ ਮਿਸ਼ਨਰੀ ਕਾਲਜ ਹੈੱਡ ਹਾਊਸ ਲੁਧਿਆਣਾ ਦੇ ਵੱਲੋਂ ਰੋਜ਼ਾਨਾ ਹੀ ਜ਼ੂਮ ਐਪ ਦੇ ਰਾਹੀਂ ਸਤਿਗੁਰੂ ਦੀ ਬਾਣੀ ਨੂੰ ਸਮਝਣ ਦੇ ਲਈ, ਗੁਰਮਤਿ ਸਿਧਾਂਤਾਂ ਨੂੰ ਸਮਝਣ ਦੇ ਲਈ ਰੋਜ਼ਾਨਾ ਹੀ ਧਾਰਮਿਕ ਕਲਾਸ ਲਗਾਈ ਜਾਂਦੀ ਹੈ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਅੱਜ ਅਸੀਂ ਤੁਸੀਂ ਸਾਰੀਆਂ ਸੰਗਤਾਂ ਇਕੱਤਰ ਹੋਏ ਹਾਂ। ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ, ਅਸੀਸ ਬਖਸ਼ੋ, ਫਤਿਹ ਨਾਲ ਸਾਂਝ ਪਾਓ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਵਿਸ਼ਾ ਦਾਸ ਨੂੰ ਪ੍ਰਾਪਤ ਹੋਇਆ ਹੈ ਗੁਰਮਤਿ ਦੇ ਵਿੱਚ, ਮੀਰੀ ਅਤੇ ਪੀਰੀ ਦਾ ਸੰਕਲਪ, ਬੜਾ ਪਿਆਰਾ ਵਿਸ਼ਾ ਹੈ। ਮੀਰੀ ਅਤੇ ਪੀਰੀ ਦੋ ਸ਼ਬਦ ਨੇ। ਮੀਰੀ, ਮੀਰੀ ਤੋਂ ਭਾਵ ਮੀਰ, ਪੀਰੀ ਤੋਂ ਭਾਵ ਪੀਰ, ਦੋਨੇ ਫਾਰਸੀ ਦੇ ਸ਼ਬਦ ਨੇ। ਮੀਰ ਦਾ ਕਰਮ ਕਹਿ ਲਓ ਮੀਰੀ, ਤੇ ਪੀਰ ਦਾ ਕਰਮ ਕਹਿ ਲਓ ਪੀਰੀ। ਮੀਰੀ ਰਾਜ ਦੀ ਸੂਚਕ ਹੈ ਤੇ ਪੀਰੀ ਧਰਮ ਦੀ ਕਹਿ ਲਈਏ, ਰਾਜਯੋਗ ਦੀ ਕਹਿ ਲਈਏ। ਗੁਰਬਾਣੀ ਦੇ ਵਿੱਚ ਦੋਨੇ ਸ਼ਬਦ ਹੀ ਜਿਹੜੇ ਉਹ ਥਾਂ ਥਾਂ ਤੇ ਉਚਾਰਨ ਕੀਤੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਨੇ। ਜਿਹੜਾ ਮੀਰੀ ਸ਼ਬਦ ਹੈ ਇਹਦਾ ਸੰਖਿਪਤ ਰੂਪ ਅਮੀਰ ਹੈ, ਜਿਸਦਾ ਭਾਵ ਇਹ ਵੀ ਲਿਆ ਜਾਂਦਾ ਹੈ ਕਿ ਧਨ ਵਾਲਾ, ਦੌਲਤ ਵਾਲਾ, ਸ਼ੋਹਰਤ ਵਾਲਾ, ਪੈਸੇ ਵਾਲਾ। ਇੱਥੋਂ ਤੱਕ ਕਿ ਕਾਬਲ ਦੇ ਕਈ ਇਲਾਕਿਆਂ ਦੇ ਵਿੱਚ ਵੀ ਜਿਹੜਾ ਇਹ ਮਲਕ ਸ਼ਬਦ ਮੀਰ ਦੇ ਲਈ ਵਰਤਿਆ ਜਾਂਦਾ ਹੈ। ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ, ਮੀਰ ਮਲਕ ਉਮਰੇ ਫਾ ਨਾਇਆ, ਏਕ ਮੁਕਾਮ ਖੁਦਾਏ ਦਰਾ। ਪੀਰ ਇਹ ਵੀ ਫਾਰਸੀ ਦਾ ਸ਼ਬਦ ਹੈ ਤੇ ਇਹ ਅਧਿਆਤਮਿਕਤਾ ਲਈ ਵਰਤਿਆ ਜਾਂਦਾ ਹੈ, ਇਹ ਕਹਿ ਲਈਏ ਧਰਮ ਦੇ ਲਈ ਸ਼ਬਦ ਵਰਤਿਆ ਜਾਂਦਾ ਹੈ। ਜਿੱਥੇ ਗੁਰੂ ਨਾਨਕ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਅੰਦਰ ਇਹ ਜ਼ਿਕਰ ਕੀਤਾ, ਸੁਣਿਆ ਸ਼ੇਖ ਪੀਰ ਸੁਰਨਾਥ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਵੀ ਜ਼ਿਕਰ ਕੀਤਾ ਕਿ ਉਹ ਲੋਕ ਜਿਹੜੇ ਕੇਵਲ ਪੀਰ ਸਨ ਔਰ ਪੀਰੀ ਦੇ ਸਿਧਾਂਤ ਨੂੰ ਨਹੀਂ ਸਨ ਸਮਝਦੇ, ਗਲਤ ਰਸਤੇ ਤੇ ਪੈ ਗਏ, ਉਹਨਾਂ ਦੇ ਪ੍ਰਥਾਏ ਵੀ ਸਤਿਗੁਰਾਂ ਨੇ ਇਹ ਉਚਾਰਨ ਕੀਤਾ, ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗਿਆ ਪਾਏ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ, ਭਾਈ ਸਾਹਿਬ ਜੀ ਨੇ ਆਪਣੀ ਰਚਨਾ ਦੇ ਵਿੱਚ ਪੀਰ ਸ਼ਬਦ ਗੁਰੂ ਸਾਹਿਬਾਨ ਲਈ ਵੀ ਵਰਤਿਆ ਹੈ। ਭਾਈ ਸਾਹਿਬ ਕਹਿੰਦੇ ਨੇ ਕਿ ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ। ਸਤਸੰਗਤ, ਮੀਰੀ ਤੇ ਪੀਰੀ ਦੇ ਸ਼ਸਤਰ ਨੂੰ ਜਦੋਂ ਆਪਾਂ ਗੁਰਮਤ ਤੋਂ ਪਹਿਲਾਂ ਦੇਖਦੇ ਹਾਂ, ਪਿਛੋਕੜ ਦੇਖਦੇ ਹਾਂ, ਕਿਉਂਕਿ ਉਹ ਵਾਚਣਾ ਬੜਾ ਜ਼ਰੂਰੀ ਹੈ। ਜਦੋਂ ਆਪਾਂ ਗੁਰਮਤ ਨੂੰ ਦੇਖਾਂਗੇ, ਅੱਗੇ ਇਤਿਹਾਸ ਨੂੰ ਦੇਖਾਂਗੇ, ਗੁਰ ਇਤਿਹਾਸ ਸਿੱਖ ਇਤਿਹਾਸ ਨੂੰ ਦੇਖਾਂਗੇ, ਤੇ ਉਸ ਤੋਂ ਪਹਿਲਾਂ ਜਿਹੜਾ ਹੈ ਨਾ ਪਿਛੋਕੜ ਦੇਖਣਾ ਬੜਾ ਜ਼ਰੂਰੀ ਹੈ। ਮੀਰ ਦੇ ਹੱਥ 'ਚ ਸ਼ਸਤਰ ਹੈ, ਤਾਕਤ ਹੈ,
ਤੇ ਉਹਨੇ ਧਰਮ ਤੋਂ ਪਾਸੇ ਹਟ ਕੇ ਕੇਵਲ ਤੇ ਕੇਵਲ ਤਾਕਤ ਵਰਤੀ ਤੇ ਤਾਕਤ ਵੀ ਇਸ ਤਰੀਕੇ ਨਾਲ ਵਰਤੀ, ਅੰਨਾ ਜ਼ੁਲਮ ਕੀਤਾ ਜਿੱਦਾਂ ਚੰਗੇਜ਼ ਖਾਨ ਦੇ ਜ਼ੁਲਮ ਆਉਂਦੇ ਆ। ਡਾਕਟਰ ਮੁਹੰਮਦ ਇਕਬਾਲ ਲਿਖਦੇ ਆ, ਜ਼ਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋਂਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜ਼ੀ। ਚੰਗੇਜ਼ ਖਾਨ ਦੇ ਜ਼ੁਲਮ, ਯਾਸਾ ਦਾ ਕਾਨੂੰਨ ਸਾਡੇ ਸਾਹਮਣੇ ਆ। ਇਹ ਮੀਰ ਡਿਕਟੇਟਰਸ਼ਿਪ ਦਾ ਇੱਧਰ ਨੂੰ ਤੁਰਿਆ ਸੀ। ਜਿਹੜਾ ਪੀਰ ਸੀ ਉਹ ਕਿਹੜੇ ਰਸਤੇ ਤੇ ਤੁਰਿਆ ਸੀ? ਪੀਰ ਦਾ ਕੰਮ ਉਹਨੇ ਇਹੀ ਸਮਝ ਲਿਆ ਕਿ ਲੋਕਾਂ ਨੂੰ ਡਰਾਵੇ ਦੇਣੇ, ਸਵਰਗ ਨਰਕ ਦੇ ਲਾਲਚ ਦੇਣੇ, ਸ਼ਰਾਪ ਦੇ ਦੇਣਾ, ਤੇ ਉਹ ਇੱਧਰ ਨੂੰ ਤੁਰ ਕੇ ਆਪਣਾ ਜਿਹੜਾ ਇਹ ਤਰੀਕਾ ਜਿਹੜਾ ਉਹ ਵਰਤ ਰਿਹਾ ਸੀ। ਇਸ ਤੋਂ ਅਗਲਾ ਸਟੈਪ, ਜਿਹੜਾ ਕਿਤੇ ਮੀਰ ਬਾਦਸ਼ਾਹ ਪੀਰ ਨੂੰ ਆਪਣੇ ਨਾਲ ਰੱਖਦਾ ਸੀ ਤੇ ਪੀਰ ਨੂੰ ਉਹਨੇ ਆਪਣਾ ਨਿਆਂਕਾਰ ਬਣਾ ਲਿਆ। ਨਿਆਂਕਾਰ ਬਣਾ ਕੇ ਸ਼ਸਤਰ ਔਰ ਸ਼ਾਸਤਰ ਦੇ ਰਾਹੀਂ, ਦੋਨਾਂ ਚੀਜ਼ਾਂ ਦੇ ਰਾਹੀਂ ਲੋਕਾਂ ਨੂੰ ਲੁੱਟਿਆ ਵੀ ਜਾ ਰਿਹਾ ਸੀ, ਲੋਕਾਂ ਨੂੰ ਡਰਾਇਆ ਵੀ ਜਾ ਰਿਹਾ ਸੀ, ਧਮਕਾਇਆ ਵੀ ਜਾ ਰਿਹਾ ਸੀ। ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਇਹਨਾਂ ਜ਼ਿਕਰ ਕੀਤਾ ਸਾਰਾ ਬੜੇ ਵਿਸਥਾਰ ਦੇ ਨਾਲ ਕਿ ਕਾਜੀ ਹੋਏ ਕੇ ਬਹਿ ਨਿਆਏ, ਫੇਰੇ ਤਸੱਬੀ ਕਰੇ ਖੁਦਾਏ, ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੈ ਤਾਂ ਪੜ੍ਹ ਸੁਣਾਏ। ਇਹ ਸਾਰਾ ਕੁਝ ਜਿਹੜਾ ਹੈ ਇਹ ਮੀਰ ਤੇ ਪੀਰ ਕਿਉਂਕਿ ਸਿਧਾਂਤ ਤੋਂ ਖੁੰਝੇ ਹੋਏ ਸੀ, ਸਮਝ ਨਹੀਂ ਸੀ, ਇੱਧਰ ਨੂੰ ਤੁਰੇ ਹੋਏ ਸੀ। ਸਤਿਗੁਰੂ ਜੇ ਆਪਾਂ ਇਸ ਤੋਂ ਅੱਗੇ ਦੇਖਦੇ ਹਾਂ ਤੇ ਬ੍ਰਾਹਮਣ ਕਾਜੀ ਜਾਂ ਪ੍ਰੀਸ਼ਟ ਦੇ ਰੂਪ ਦੇ ਵਿੱਚ ਰਿਸ਼ਵਤਾਂ ਲੈ ਕੇ ਝੂਠ ਨਾਲ, ਸੱਚ ਨਾਲ, ਝੂਠ ਨਾਲ ਲੋਕਾਂ ਨੂੰ ਜਿਹੜਾ ਹੈ ਉਹ ਇਸ ਤਰੀਕੇ ਨਾਲ ਗਲਤ ਰਸਤੇ ਤੇ ਤੋਰਦੇ ਪਏ ਸੀ। ਜਦੋਂ ਮੀਰ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਆਉਂਦਾ ਤੇ ਇੰਨਾ ਕੁ ਅੰਨਾ ਹੋ ਕੇ ਆਉਂਦਾ, ਭਾਵੇਂ ਉਹ ਤੈਮੂਰ ਲੰਘ ਗਏ, ਭਾਵੇਂ ਉਹ ਕੋਈ ਹੋਰ ਕਿਸੇ ਰੂਪ ਦੇ ਵਿੱਚ ਆਉਂਦਾ, ਰਾਜਾ ਆਉਂਦਾ, ਹਿੰਦੁਸਤਾਨ ਨੂੰ ਲੁੱਟ ਕੇ ਲੈ ਜਾਂਦਾ, ਬਹੁ ਬੇਟੀਆਂ ਨੂੰ ਲੁੱਟ ਕੇ ਲੈ ਜਾਂਦਾ, ਇੱਜ਼ਤ ਲੁੱਟ ਕੇ ਲੈ ਜਾਂਦਾ, ਤੇ ਜਦੋਂ ਕੋਈ ਗਰੀਬ ਆਪਣੇ ਰਾਜਿਆਂ ਕੋਲ ਜਦੋਂ ਬਾਹਰ ਲਾ ਕੇ ਲੁੱਟ ਕੇ ਲੈ ਗਿਆ, ਆਪਣੇ ਆਗੂ ਕੋਲ ਜਾ ਕੇ ਜਾਂ ਧਾਰਮਿਕ ਆਗੂ ਦੇ ਕੋਲ ਜਾ ਕੇ ਰੋਂਦੇ ਸੀ, ਵਿਰਲਾਪ ਕਰਦੇ ਸੀ ਵੀ ਸਾਡੀ ਬੱਚੀ ਨੂੰ ਚੁੱਕ ਕੇ ਲੈ ਗਿਆ, ਤੇ ਉਹਨਾਂ ਦਾ ਇੱਕੋ ਇੱਕ ਜਵਾਬ ਹੁੰਦਾ ਸੀ, ਭਗਤੋ ਇਹਾਂ ਕੌਣ ਕਿਸੀ ਕਾ ਹੈ, ਰਾਮ ਰਾਮ ਜਪੋ ਰਾਮ ਬਲੀ ਕਰੇਗਾ। ਇਹ ਸ਼ਬਦ ਕਹਿ ਕੇ, ਇਹ ਕਹਿ ਕੇ ਵਾਪਸ ਮੋੜ ਦਿੱਤਾ ਜਾਂਦਾ ਸੀ, ਕਿਉਂਕਿ ਅੰਦਰ ਉਹਨਾਂ ਦੇ ਅੰਦਰ ਵੀ ਉਹ ਜ਼ੁਰਤ ਖਤਮ ਹੋ ਚੁੱਕੀ ਸੀ, ਜਿਹੜੀ ਜ਼ੁਰਤ ਗੁਰੂ ਪਾਤਸ਼ਾਹ ਨੇ ਬਾਅਦ ਵਿੱਚ ਬਖਸ਼ਿਸ਼ ਕੀਤੀ। ਇਸ ਤੋਂ ਅਗਲਾ ਪੱਖ, ਸਤਿਗੁਰਾਂ ਨੇ ਇਹ ਵੀ ਸਮਝਾਇਆ ਵੀ ਜੇਕਰ ਬੰਦਾ ਰਾਜਾ ਬਣਿਆ ਹੋਇਆ ਤੇ ਉਹਦੇ ਰਾਜਸੀ ਉਹਦੇ ਆਪਣੇ ਇਲਾਕੇ ਦੇ ਵਿੱਚ ਕੋਈ ਹੋਰ ਸੱਭਿਆਚਾਰ, ਕੋਈ ਹੋਰ ਧਰਮ ਵੀ ਵੱਸਦਾ ਹੈ ਤੇ ਉਹਦਾ ਧਰਮ ਦਾ ਆਪਣੇ ਸਿਧਾਂਤ ਤੇ ਸਤਿਗੁਰੂ ਕਹਿੰਦੇ ਉਹ ਬਹੁਤਾ ਸਮਾਂ ਟਿਕਦਾ ਨਹੀਂ, ਕਿਉਂਕਿ ਰਾਜਾ ਉਹਨੂੰ ਟਿਕਣ ਨਹੀਂ ਦਿੱਤਾ, ਕਿਉਂਕਿ ਮੀਰ ਇਹ ਚੀਜ਼ ਨੂੰ ਸਮਝ ਨਹੀਂ ਸੀ ਸਕਦਾ ਵੀ ਰਾਜ ਭਾਗ ਦੇ ਵਿੱਚ ਅੰਨਾ ਹੋ ਕੇ ਕਿ ਦੂਸਰੇ ਦੇ ਧਰਮ ਨੂੰ ਜਾਂ ਉਹਨਾਂ ਨੂੰ ਵੀ ਇਜਾਜ਼ਤ ਦਿੱਤੀ ਜਾਵੇ ਜਿਉਣ ਦੀ। ਉਹ ਆਪਾਂ ਅੱਗੇ ਜਾ ਕੇ ਇਤਿਹਾਸ ਦੇ ਵਿੱਚੋਂ ਸਾਨੂੰ ਬੜੀਆਂ ਉਦਾਹਰਨਾਂ ਮਿਲ ਗਈਆਂ ਗੁਰੂ ਸਾਹਿਬਾਨ ਦੇ, ਸਿੱਖਾਂ ਦੇ ਸਾਹਿਬਾਨ, ਸਿੱਖਾਂ ਦੇ। ਤੇ ਇੱਥੋਂ ਤੱਕ ਦੀ ਹਾਲਤ ਹੋ ਗਈ ਜਿਹਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਸਾ ਦੀ ਵਾਰ ਦੇ ਵਿੱਚ ਵੀ ਇੱਕ ਉਦਾਹਰਨ ਦਿੱਤੀ ਆ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਨਾ ਕਿ ਇੱਕ ਪੀਰ ਨੇ ਆਪਣਾ, ਇਹ ਰਾਜੇ ਨੇ ਇੱਕ ਆਪਣਾ ਟੈਕਸ ਰੱਖਣ ਦੇ ਲਈ ਇੱਕ ਬੰਦਾ ਰੱਖਿਆ ਹਿੰਦੂ, ਤੇ ਉਹ ਟੈਕਸ ਉਗਰਾਉਂਦਾ ਪਿਆ ਏ, ਤੇ ਇਹ ਗੁਲਾਮੀ ਦੀ ਨਿਸ਼ਾਨੀ ਆ। ਜਦੋਂ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਝਿਆ ਨੇ, ਟੈਕਸ ਉਗਰਾਉਂਦਾ ਪਿਆ ਏ, ਇੱਕ ਬ੍ਰਾਹਮਣ ਗਾਂ ਲੈ ਕੇ ਆਉਂਦਾ, ਉਹ ਗਾਂ ਕੋਲੋਂ ਵੀ ਟੈਕਸ ਲੈ ਰਿਹਾ, ਤੇ ਉਹ ਕਹਿੰਦਾ ਵੀ ਇਹ ਤਾਂ ਗਾਂ ਏ ਜਿਹਨੂੰ ਤੂੰ ਮਾਤਾ ਕਹਿੰਦਾ, ਜਿਹਦੇ ਗੋਹੇ ਦੇ ਨਾਲ ਤੂੰ ਪੋਚਾ ਵੀ ਲਾਉਂਦਾ, ਤੇ ਤੂੰ ਕਿਉਂ ਟੈਕਸ ਲੈ ਰਿਹਾ? ਤੇ ਉਹ ਕਹਿੰਦਾ ਮੈਨੂੰ ਮੇਰੇ ਮਾਲਕ ਦਾ ਹੁਕਮ ਹੈ, ਮੈਂ ਟੈਕਸ ਲੈਣਾ ਹੀ ਲੈਣਾ। ਇਹਦਾ ਮਤਲਬ ਅੰਦਰੂਨੀ ਤੌਰ ਤੇ ਬਿਲਕੁਲ ਸੂਰਬੀਰਤਾ ਜਿਹੜੀ ਸੀ ਉਹ ਖਤਮ ਹੋ ਗਈ ਸੀ। ਸਤਿਗੁਰਾਂ ਨੇ ਆਸਾ ਦੀ ਵਾਰ ਦੇ ਵਿੱਚ ਜ਼ਿਕਰ ਕੀਤਾ ਨਾ, ਗਊ ਬ੍ਰਾਹਮਣ ਕਉ ਕਰ ਲਾਵੋ ਗੋਬਰ ਤਰ ਨਾ ਜਾਈ, ਧੋਤੀ ਟਿੱਕਾ ਤੈਜ ਪਮਾਲੀ ਧਾਨ ਮਰੀਛਾ ਖਾਈ। ਫਿਰ ਇੱਥੋਂ ਤੱਕ ਨਹੀਂ ਸੀਮਤ ਰਹਿੰਦਾ, ਸਤਿਗੁਰੂ ਕਹਿੰਦੇ ਕੱਪੜੇ ਵੀ ਬਦਲ ਦਿੱਤੇ ਜਾਂਦੇ ਆ ਜਦੋਂ ਬੰਦਾ ਗੁਲਾਮੀ 'ਚ ਆ ਜਾਂਦਾ, ਕਿਉਂਕਿ ਜਿਹੜਾ ਰਾਜਾ ਉਹਦੇ ਥੱਲੇ ਝੁਕਣਾ ਪੈਂਦਾ, ਔਰ ਬੋਲੀ ਵੀ ਬਦਲੀ ਜਾਂਦੀ ਹੈ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਮਰ ਤੁਮਾਰੀ, ਤੇ ਨੀਲ ਵਸਤਰ
पैर होवे प्रवान फिर बंदा इधर नूं तुर पैंदा है, इस रस्ते दे उत्ते तुर पैंदा है। सतगुर सच्चे पातशाह ने यह जरा पिछोकड़ सी जिथे केवल ते केवल मीर अपनी ताकत दे विच तलवार नूं वाहुंदा सी ते पीर जिहड़ा सी उन्हें अखां भी बंद कीतियां होईयां सी, उन्हें कन्न भी बंद कीते हुए सी, वह लोगों नूं केवल ते केवल डरावे दिंदा सी ते डरावे दे के शराप दे के ते लोगों नूं जिहड़ा वह दूसरे रस्ते दे उत्ते तोर रहा सी। हुण है दोनों गुण बड़े कमाल दे मीरी ते पीरी, और जदों आपां करते दी कायनात दे विच देखदे आं ते कायनात दे विचों इह दोनों चीज़ां सानूं बड़ियां प्यारियां नज़र आउंदियां ने। आपां गुलाब दे फुल नूं देखदे आं ते जिथे फुल लगा है उत्थे कंडा भी लगा होया, आपां रुख नूं देखदे आं रुख उहदे अंदर लकड़ दे अंदर अग भी आ पाणी भी आ, ते भाई गुरदास साहिब जी कहिंदे कास्ट मैं अगन अगन मैं कास्ट है, अत अचरज कौतक कहावे जी। मनुख दे अंदर दोनों गुण आ, मनुख दे अंदर कोमलता भी आ मनुख दे अंदर सुरमताई भी आ, पर यह पैदा नहीं सी हो रही। एक गुरु नानक साहब सतगुरु सच्चे पातशाह ने जे आप सीधी भाषा च आकी आके आकीए भी जो गुरु नानक साहब सतगुरु सच्चे पातशाह आए ना ते पहली बारी सी जो 1521 दे विच गुरु पातशाह ने मीर नू रोक के कह दिता सी कि पाप की जंज लै काबलो ताया जोरी मंगै दानवे ला लियो। मीर नू भी गुरु नानक साहब पातशाह ने मांझिया चंगी तरह उन्दी एक सिद्धांत दिता भी मीर भी इदा दा होना चाहीदा है, ते पीर नू भी जिहड़े गलत रस्ते ते तुरे सी उन्हां नू बिलकुल शीशा दिखा के सिद्धांत समझा के सच्चे पातशाह ने भावे ए होवे मुसलमान कहावण मुश्किल जा होए तां मुसलमान कहावै, भावे ए होवे के पंडित जिहड़ा सो पंडित जो मन प्रबुद्ध है राम नाम आत्म है सुध है, चाहे ए होवे के मुंदा संतोख शर्म पत झोली ध्यान की करें विभूत खिंथा काल कुआरी काया जुगत डंडा प्रतीत। सच्चे पातशाह महाराज ने इस तरीके दे नाल धर्म दे रस्ते ते तोरिया, और सानू सिद्धांत दिते जिथे नाम जपन लई किया, क्योंकि पहला तां इह सी क्योंकि जदों आपां देखदे आं पिछोकड़ सोमनाथ मंदिर दे उत्ते महमूद गजनवी हमला करदा है ते कहा जांदा है भी तुहानूं कृपाण तुहानूं हथियार चक्कण दी लोड़ नहीं, प्रभु जी का तीजा नेत्र खुलेगा तो सारे खत्म हो जाएंगे, तो उत्थे तां सतगुरु गुरबाणी च भी कहिंदे भी कोई मुगल ना हुआ अंधा, तो भी सिचुएशन ये होगी तो उल्टा उन्हें आके सोमनाथ मंदिर की भी कट वट की ते पता नहीं किन्ना कुछ धन दौलत लैके चला गया। ये दोनों चीजा एक ताकतवर खूंखार बन चुका सी ते एक उदा शस्त्रहीन हो के जेडे पीर से वह गलत रस्ते ते तोरे सी। गुरु साहब ने दोनों चीजा दित्तियां, गुरु नानक साहब सतगुरु सच्चे पातशाह ने मीरी ते पीरी दी नींह गुरु नानक साहब सतगुरु सच्चे पातशाह ने रखती। और चेता रखना साध संगत बेशक प्रतख तौर ते प्रगट तौर ते दो कृपाना पहनण दी गल आपां इतिहास च पढ़ते हैं छेवें पातशाह महाराज दे समय आई, पर जदों गुरु नानक साहब तो शुरू करते हैं ते एक एक गुरु साहब दा जीवन पढ़ते हैं एक एक गुरु साहब दी बाणी नूं पढ़ते हैं बड़िया कमाल दी गल्लां बड़िया सूरबीरता दी गल्लां सतगुरु सच्चे पातशाह ने कहा। सतगुरु जिथे नाम जपन बारे कहिंदे ने उत्थे नाल किरत करन बारे, जिथे किरत करन कहिंदे उत्थे नाल वंड के शकल नूं भी कहिंदे आ, नाल हल वाहुण नूं भी कह रहे सतगुरु, हल वाहुण दे नाल तेग वाहुण दी भी गल करदे आ सच्चे पातशाह। गुरद्वारे बाणी भी पढ़ो गुरद्वारे दे नाल मल अखाड़े भी कायम करो, ये गुरु अंगद साहब सतगुरु सच्चे पातशाह साडी झोली च पांदे पए आ, जिथे तुसीं भगती करनी आ उत्थे शक्ति भी साडे अंदर आउणी चाहीदी आ, संत दे नाल सिपाही भी देग दे नाल तेग भी संगत दे नाल पंगत भी गुरगद्दी दे नाल। श्री अकाल तख्त साहब दरबार साहब दे सामने श्री अकाल तख्त साहब जिथे छपड़ियां दी गल आउंदी आ उत्थे छौणियां दी भी गल आउंदी आ, जिथे इलाही कीर्तन दीआं धुनां निकलदीआं ने उत्थे छेवें पातशाह महाराज ने वीर रसी वारां भी साडी झोली दे विच पाईआं जिहड़ियां साडे खून नूं उबाले दिंदीआं हन, और जिहड़ियां सानूं सिधांतां दे गुरसिखी के सिद्धांतों के उत्ते तोरदे हैं। गुरु नानक साहब सतगुरु सच्चे पातशाह ने पहले जामे दे विच वचन किया ना, जो तो प्रेम खेलन का चाओ सिर तर तली गली मेरी आओ, इत मार्ग पैर तरीजै सिर दीजै कान ना कीजै। इस मार्ग के उत्ते गुरु नानक साहब सतगुरु सच्चे पातशाह ने तोरिया, और सूरबीरता का पक्ष सानू बख्शिश किया गुरु नानक साहब सतगुरु सच्चे पातशाह ने। यह सूरबीरता भावें आपां
मक्के दे अंदर दी गल कर लिए भावे हरिद्वार की गल कर लिए शब्द दे राही जिहड़ी सुरबीरता गुरु नानक साहब सतगुर सच्चे पातशाह गुरु अंगद साहब सतगुर सच्चे पातशाह हमायू आउंदा है जो कृपान चुकता है सतगुरु कहते मैदाने जंग कृपान खुंडी क्यों हो जाती है। गुरु अमरदास सच्चे पातशाह भगता की चार निराली वाला सुरबीरता वाला उपदेश देंगे ने। गुरु रामदास सतगुरु सच्चे पातशाह ने तो इथों तक बचन किया जितने शाह पातशाह उमराव सिकदार चौधरी सब मिथ्या झूठ भाओ दूजा जान हर अविनाशी सदा थिर निश्चल ते समेरे मन भज परवान। गुरु अर्जन देव सतगुर सच्चे पातशाह आप शांति की मूर्त कहने तखलस साढ़े ने असी कहने पर याद रखना गुरु अर्जन ने सतगुर सच्चे पातशाह सब तो वड्डा सुरबीरता का यह काम भी 35 महापुरखा की बाणी एक थान से एकत्र करना और लोग जात पात दे विच वंडे हुए सी सतगुरां ने जात पात की परवाह नहीं की सारे महापुरखा एक थान से एकत्र किया यह सुरबीरता है। और इस तो अगली गल गुरु अर्जन देव सतगुरु सच्चे पातशाह महाराज ने जो आनंद कार्ज हुंदा है ते जंडी का रुख जिहड़ा ओह किला है ओह जिहड़ा कह लो शरारत की जाती है भी सतगुरु इहनू पुट के दिखाओ ते गुरु पातशाह घोड़े दे उत्ते सवार हुंदे आ ते सतगुरु इक्को वार दे नाल ओह जंडी का जिहड़ा किला सी रुख का किला बना करके बनाया सी सतगुरु उस वार नू पुट के पासे कर दिंदे आ। यह सुरबीरता दे पक्ष और अहम पक्ष गुरु अर्जन देव सतगुर सच्चे पातशाह महाराज के जीवन का क्योंकि इथों जाके ही कई इतिहासकार ने भी टपले खाधे पंजवें पातशाह तो छेवें पातशाह तक जादू सर जादूनाथ सरकार वर्गिया ने कई ने होर भी बिल्कुल रस्ता छेवें पातशाह ने उल्टा कर दिता बिल्कुल नहीं। देखो गुरु अर्जन देव सच्चे पातशाह महाराज जी सुरबीरता इहदा मतलब एक आके कहिंदा सतगुरु सुलही खान आ गया तुसीं चिट्ठी लिखो एक कहिंदा सतगुरु आपां चलदे आ चार पांच बंदे लैके चलीए आपां जाके गलबात करदे आ आपां इस तरीके नाल तुरदे आ ते सतगुरु कहिंदे नहीं अकाल पुरख वाहिगुरु मैं केवल आसरा केवल अकाल पुरख वाहिगुरु दा लिया होया है ते प्रथमे मता जे पत्नी चलावो द्वितीय मता दोए मानुख पहुंचावो तृतीय मता किश करो उपाया मैं सब किश छोड़ प्रभ तू ही ते आया मैं सारा कुछ छड के केवल ते केवल अकाल पुरख वाहिगुरु नूं उस परमात्मा नूं वाहिगुरु नूं ही सिमरिया है। ते छेवें पातशाह सतगुरु सच्चे पातशाह महाराज जी मीरी पीरी इथों सतगुरु सच्चे पातशाह ने जिथे प्रगट किया ना यह पक्ष बड़ा कमाल का दो शहीदी तो बाद और बड़ी कमाल की गल है सात संगत सतगुरु की शरीरक तौर पर उम्र 11 साल है जो सतगुरु गुरगद्दी ते बैठते हैं ते ये एड्डा वड्डा सिद्धांत मीरी ते पीरी दो कृपाना पहननिया जिन्हों भाई सत्ता जी ते भाई बलवंत जी कहिंदे ने दो तलवारी बद्धियां एक मीरी दी एक पीरी दी ते ये कृपाना पहननिया ये बहुत वड्डा सी उस समय क्योंकि गुरु पातशाह ने अकाल तख्त साहब की स्थापना की क्योंकि समय की हकूमत यह कहती सी कि 3 फुट तो उच्चा कोई थड़ा नहीं बना सकता सच्चे पातशाह ने अकाल तख्त साहब की सिरजना कर दिती। अकाल तख्त साहब की सिरजना के सिख अकाल नाल जुड़िया विच कोई विचोला है ही नहीं विच कोई रस्ता है ही नहीं किसे नाल किसे किसे नाल नहीं सिख की सुरत सीधी अकाल नाल है। उत्थे सतगुरु सच्चे पातशाह ने जो तख्त के उत्ते बैठते ने घोड़े आदि हुक्म जारी कर दिते कि मेरे लिए जिहड़ी भेटा है वह घोड़े लैके आओ वधिया घोड़े होण वधिया शस्त्र होण ते सच्चे पातशाह ने एक नवेकली चीज दिती। हुण इत्थे थोड़ी जी आपां एक पक्ष होर समझिए क्योंकि गुरु ग्रंथ साहिब महाराज दी पावन बाणी नूं आपां पढ़दे आं दो ढाडी ने ढाडी अब्दुल्ला ते नाथ मल इसे बड़ी प्यारी चीज है सार संगत उन्होंने दो वारा लिखिया एक तो हैगा भी सतगुरु जदों तख्त उत्ते बैठे बैठे आ भी सच्चा तख्त सुहायो श्री गुर पाए कै छा बरनी न जाए कहो क्या गाए गए ते एक दो तलवारी बद्धियां एक मीरी दी एक पीरी दी एक अजमत दी एक राज दी एक राखी करे वजीरी दी अखीर ते जाके ढाडी अब्दुल्ला ते नथमन लिखदे आ भी पग तेरी की जहांगीर दी। हुण एक इत्थे गल बड़ी नोट करन वाली भी जहांगीर कोई पुराना राजा नहीं आ भाई 100 साल पुराना होया होवे समकाली है और उस समय सुरबीरता वाला पक्ष यह कहना ढाडियां वालों और इथों तक प्रिंसीपल सतबीर सिंह भी लिखते आ भी जदों कितने ढाडी अब्दुल्ला ते नाथमल वारा गाउंदे सी ना ते मुरदा जिहड़ा ना मुरदा
ਬੰਦਾ ਉਦਾਂ ਮੁਰਦਾ ਟੈਪ ਉੱਥੇ ਪਿਆ ਹੁੰਦਾ ਸੀ, ਉਹਦੇ ਅੰਦਰ ਵੀ ਤਾਕਤ ਆ ਜਾਂਦੀ ਸੀ, ਇੰਨਾ ਭਿੱਜ ਕੇ ਗਾਉਂਦੇ ਸੀ। ਔਰ ਇੱਕ ਹੋਰ ਬੜੀ ਪਿਆਰੀ ਚੀਜ਼ ਤਵਾਰੀਖ ਚੋਂ ਮਿਲਦੀ ਹੈ ਇਤਿਹਾਸ ਚੋਂ ਕਿ ਢਾਡੀ ਅਬਦੁੱਲਾ ਤੇ ਨੱਥ ਮੱਲ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ 22 ਵਾਰਾਂ ਚੇਤਾ ਰੱਖੋ ਇਹ ਆ ਸੂਰਬੀਰਤਾ। ਵਾਰ ਹੁੰਦੀ ਸੂਰਬੀਰਤਾ ਦੀ ਨਿਸ਼ਾਨੀ ਆ, ਵਾਰ ਪੜ੍ਹੀ ਯੋਧਿਆਂ ਵਾਂਗੂ ਜਾਂਦੀ ਹਰ ਵਾਰੀ, ਤੇ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਚ। ਔਰ 2 ਮਹੀਨੇ ਦੇ ਵਿੱਚ ਅਕਾਲ ਤਖ਼ਤ ਸਾਹਿਬ ਤੇ ਛੇਵੇਂ ਪਾਤਸ਼ਾਹ ਮਹਾਰਾਜ ਦੀ ਰਹਿਨੁਮਾਈ ਦੇ ਹੇਠ ਢਾਡੀ ਅਬਦੁੱਲਾ ਤੇ ਨੱਥ ਮੱਲ ਨੇ ਇਹ 22 ਦੀਆਂ 22 ਵਾਰਾਂ ਜ਼ੁਬਾਨੀ ਇਤਿਹਾਸ ਕਹਿੰਦਾ ਵੀ ਉੱਥੇ ਸੁਣਾਈਆਂ ਵਾਰ ਰੂਪ ਦੇ ਵਿੱਚ, ਢਾਡੀ ਕਲਾ ਦੇ ਰੂਪ ਦੇ ਵਿੱਚ। ਤੇ ਇੰਨੀ ਜ਼ੁਰਤ, ਹੁਣ 9 ਧੁਨਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਟੁੰਡੇ ਅਸ ਰਾਜੇ ਕੀ ਧੁਨੀ, ਰਾਏ ਮਹਿਮੇ ਹਸਮੇ ਕੀ ਧੁਨ, ਲੱਲਾ ਬਹਿਲੀਮਾ ਕੀ ਧੁਨ, ਰਾਏ ਕਮਾਲ ਦੀ ਮੌਜ ਦੀ ਕੀ ਵਾਰ ਕੀ ਧੁਨ ਉਪਰਗਾਮਣੀ, ਇਹ ਸਾਰੀਆਂ ਧੁਨਾਂ ਬਹਾਦਰ ਯੋਧਿਆਂ ਦੀਆਂ ਸੀ। ਔਰ ਉਹਨਾਂ ਨੇ ਜੰਗ ਜਿੱਤਦੇ ਸੀ ਤੇ ਜੰਗ ਦੇ ਵਿੱਚ ਜਦੋਂ ਜਿੱਤ ਕੇ ਆਉਂਦੇ ਉਹਨਾਂ ਦੇ ਨਾਮ ਤੇ ਵਾਰਾਂ ਗਾਈਆਂ ਜਾਂਦੀਆਂ ਸੀ, ਉਹਨਾਂ ਧੁਨਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਵਾਰਾਂ ਉਚਾਰਨ ਕੀਤੀਆਂ। ਇੰਨੀ ਸੂਰਬੀਰਤਾ ਤਾਂ ਸਿੱਖ ਪਹਿਲਾਂ ਹੀ ਪੜ੍ਹਦੇ ਪਏ ਸੀ, ਇਹਦੇ ਉੱਤੇ ਸਿਧਾਂਤ ਉੱਤੇ ਜਿਹੜਾ ਹੈ ਉਹ ਪਹਿਰਾ ਦਿੰਦੇ ਪਏ ਸੀ। ਹੁਣ ਜਦੋਂ ਇਹਨਾਂ ਨੇ ਸ਼ੋਭਾ ਕੀਤੀ ਹੈ ਛੇਵੇਂ ਪਾਤਸ਼ਾਹ ਦੀ, ਤੇ ਇਹਦਾ ਮਤਲਬ ਵੀ ਪੱਗ ਤੇਰੀ ਕੀ ਜਹਾਂਗੀਰ ਦੀ, ਪੱਗ ਤੋਂ ਭਾਵ ਹੈ ਹੀ ਕਿਰਦਾਰ ਆ, ਤੇ ਸੱਚੇ ਪਾਤਸ਼ਾਹ ਦਾ ਕਿਰਦਾਰ ਤੇ ਦੁਨੀਆਂ ਦਾ ਕਿਰਦਾਰ ਫਰਕ ਤਾਂ ਹੈ ਸਾਧ ਸੰਗਤ, ਉਹ ਕਿਰਦਾਰ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਜਦੋਂ ਆਪਾਂ ਕਿਰਦਾਰ ਦੀ ਗੱਲ ਕਰਦੇ ਹਾਂ, ਇੱਕ ਪੱਖ ਉਹਦੇ ਵਿੱਚੋਂ ਮੈਂ ਆਪ ਜੀ ਨਾਲ ਸਾਂਝਾ ਕਰਦੇ ਹਾਂ। ਜਦੋਂ ਚੌਥੀ ਜੰਗ ਹੁੰਦੀ ਹੈ ਛੇਵੇਂ ਪਾਤਸ਼ਾਹ ਮਹਾਰਾਜ ਦੀ, ਤੇ ਕਾਲੇ ਖਾਂ ਸਾਹਮਣੇ ਆਉਂਦਾ ਹੈ ਹੁਣ ਸੂਰਬੀਰਤਾ ਤੇ ਮੀਰੀ ਤੇ ਪੀਰੀ ਦਾ, ਤੇ ਯੁੱਧ ਨੀਤੀ ਕਹਿੰਦੀ ਹੈ ਵੀ ਵਾਰ ਕਰਨਾ, ਕਾਲੇ ਖਾਂ ਨੇ ਪਹਿਲਾਂ ਵਾਰ ਕਰ ਲਿਆ। ਹੁਣ ਯੁੱਧ ਨੀਤੀ ਕਹਿੰਦੀ ਹੈ ਵੀ ਵਾਰੀ ਸਤਿਗੁਰੂ ਦੀ ਹੈ, ਤੇ ਇਹ ਸਾਹਮਣੇ ਖੜਾ ਹੈ ਮੋਹਸਨ ਫਾਨੀ ਸਮਕਾਲੀ ਹੈ, ਉਹ ਦੇਖ ਰਿਹਾ, ਮੋਹਸਨ ਫਾਨੀ ਸਾਹਮਣੇ ਖੜਾ ਹੈ। ਤੇ ਹੁਣ ਕਹਿੰਦਾ ਵਾਰੀ ਆ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੀ, ਹੁਣ ਸਤਿਗੁਰਾਂ ਨੇ ਵਾਰ ਕਰਨਾ। ਸੱਚੇ ਪਾਤਸ਼ਾਹ ਨੇ ਫਿਰ ਨਹੀਂ ਵਾਰ ਕੀਤਾ, ਕਹਿੰਦੇ ਕਾਲੇ ਖਾਂ ਆਪਣੀ ਇੱਛਾ ਪੂਰੀ ਕਰ, ਤੂੰ ਵਾਰ ਕਰ ਫਿਰ ਵਾਰ ਕਰ। ਉਹਨੇ ਦੂਜਾ ਵਾਰ ਕੀਤਾ, ਸਤਿਗੁਰਾਂ ਨੇ ਉਹ ਵੀ ਰੋਕ ਲਿਆ, ਕਹਿੰਦਾ ਲੈ ਹੁਣ ਸਤਿਗੁਰੂ ਦੀ ਵਾਰੀ ਆ। ਸੱਚੇ ਪਾਤਸ਼ਾਹ ਨੇ ਫਿਰ ਨਹੀਂ ਵਾਰ ਕੀਤਾ, ਤੇ ਕਾਲੇ ਖਾਂ ਨੂੰ ਕਹਿੰਦੇ ਆ ਤੇਰੀ ਕੋਈ ਇੱਛਾ ਅਧੂਰੀ ਨਾ ਰਹਿ ਜਾਵੇ, ਤੂੰ ਫਿਰ ਵਾਰ ਕਰ, ਤੇਰੀ ਕੋਈ ਇੱਛਾ ਅਧੂਰੀ ਨਾ ਰਹਿ ਜਾਵੇ, ਤੂੰ ਫਿਰ ਵਾਰ ਕਰ। ਤੇ ਜਦੋਂ ਉਹਨੇ ਤੀਜਾ ਵਾਰ ਕੀਤਾ ਤੇ ਸੱਚੇ ਪਾਤਸ਼ਾਹ ਨੇ ਉਹ ਵੀ ਰੋਕ ਲਿਆ, ਤੇ ਕਹਿੰਦਾ ਲੈ ਹੁਣ ਸਤਿਗੁਰੂ ਗੁੱਸੇ ਦੇ ਵਿੱਚ ਆਣਗੇ, ਮੋਹਸਨ ਫਾਨੀ ਕਹਿੰਦਾ, ਪਰ ਨਹੀਂ, ਉਹ ਤਾਂ ਸਤਿਗੁਰੂ ਅਗੰਮ ਅਗਾਧ ਪੁਰਖ, ਕਿਹੜਾ ਝੱਲੇ ਗੁਰੂ ਕੀ ਝੱਲ ਆ, ਕਿਹੜਾ ਝੱਲ ਆ ਗੁਰੂ ਦੀ ਝਾਲ ਨੂੰ ਝੱਲ ਸਕਦਾ ਸੀ। ਤੇ ਕਹਿੰਦਾ ਮੈਂ ਦੇਖਦਾ ਹੈਰਾਨ ਹੁੰਦਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਾਰ ਕੀਤਾ, ਤੇ ਵਾਰ ਇਸ ਤਰੀਕੇ ਨਾਲ ਕੀਤਾ ਜਿੱਦਾਂ ਉਹਨੂੰ ਗੁੱਸੇ ਨਾਲ ਵਾਰ ਨਹੀਂ ਕੀਤਾ, ਉਹਨੂੰ ਜਿੱਦਾਂ ਗਤਕਾ ਜਾਂ ਸ਼ਸਤਰ ਵਿਦਿਆ ਸਿਖਾਉਂਦੇ ਹੋਣ। ਤੇ ਨਾਲ ਇਹ ਬਚਨ ਕਿਹਾ, ਜਦਨ ਈ ਨੇਸਤ ਬੱਲੋ ਜਦਨ ਈ ਅਸਤ, ਪੁੱਤਰਾ ਵਾਰ ਇਸ ਤਰ੍ਹਾਂ ਨੀ, ਵਾਰ ਇਸ ਤਰ੍ਹਾਂ ਕਰੀਦਾ, ਤੇ ਇਸ ਤਰ੍ਹਾਂ ਵਾਰ ਕੀਤਾ। ਕਹਿੰਦੇ ਉਹ ਦੁਨੀਆਂ ਦੇ ਵਿੱਚੋਂ ਜਿਹੜਾ ਇਹ ਚੜ੍ਹਾਈ ਕਰ ਗਿਆ ਕਾਲੇ ਖਾਂ। ਕਹਿੰਦਾ ਮੈਂ ਹੈਰਾਨ ਆ ਵੀ ਸਤਿਗੁਰਾਂ ਦੇ ਵਾਰ ਕਰਨ ਦੇ ਵਿੱਚ ਵੀ ਇੰਨਾ ਸਹਿਜ, ਇੰਨਾ ਟਕਾ, ਇੰਨਾ ਪਿਆਰ, ਇਹ ਕਹਿੰਦਾ ਕਮਾਲ ਦੀ ਗੱਲ ਆ। ਇਹ ਆ ਇੱਕ ਪੱਖ, ਇਹ ਪੱਗ ਤੇਰੀ ਕੀ ਜਾਂਗੀਰ ਦੀ। ਦੂਸਰਾ, ਸਿੱਖ ਨੇ ਬਾਹਰੀ ਤੌਰ ਤੇ ਵੀ ਸੂਰਬੀਰ ਹੋਣਾ, ਅੰਦਰੂਨੀ ਤੌਰ ਤੇ ਵੀ ਸੂਰਬੀਰ ਹੋਣਾ। ਦਰਬਾਰ ਸਾਹਿਬ ਸਾਨੂੰ ਆਤਮਿਕ ਤੌਰ ਤੇ ਬੰਧਨਾਂ ਤੋਂ ਮੁਕਤ ਕਰਦਾ, ਸਾਹਮਣੇ ਅਕਾਲ ਤਖ਼ਤ ਸਾਨੂੰ ਸੰਸਾਰੀ ਤੌਰ ਤੇ ਕਹਿ ਲਓ ਵੀ ਆਪਾਂ ਨੂੰ ਬੰਧਨਾਂ ਤੋਂ ਮੁਕਤ ਕਰਦਾ। ਯਾਨੀ ਕਿ ਸਿੱਖ ਦੇ ਜੀਵਨ ਵਿੱਚ ਵਕਾਰ ਜਾਂ ਕਰਮ ਕਾਂਡ ਇਹ ਵੀ ਨਹੀਂ ਆਉਣੇ ਚਾਹੀਦੇ, ਸਿੱਖ ਦਾ ਕਿਰਦਾਰ ਇੰਨਾ ਉੱਚਾ ਸੁੱਚਾ ਹੋਣਾ ਚਾਹੀਦਾ। ਤਾਂ ਹੀ ਤਾਂ ਸਤਿਗੁਰ ਕਹਿੰਦੇ ਵੀ ਇੱਕ ਸੂਰਬੀਰ ਉਹ ਏ ਜਿਹੜਾ ਮੈਦਾਨੀ ਜੰਗ ਦੇ ਵਿੱਚ ਜਾ ਕੇ ਲੜ ਰਿਹਾ ਹੈ, ਇੱਕ ਸੂਰਬੀਰ ਉਹ ਏ ਜਿਹਨੇ ਵਕਾਰਾਂ ਦੇ ਨਾਲ ਜੰਗ ਲੜ ਰਿਹਾ, ਉਹ ਵੀ ਯੋਧਾ ਹੈ ਤੇ ਉਹ ਵੀ ਯੋਧਾ ਹੈ। ਪੱਗ ਤੇਰੀ ਕੀ ਜਹਾਂਗੀਰ ਦੀ। ਸ਼ਾਲੀਮਾਰ ਬਾਗ ਕਸ਼ਮੀਰ ਦੇ ਵਿੱਚ ਜਦੋਂ ਸਤਿਗੁਰੂ ਬਿਰਾਜੇ ਨੇ, ਤੇ ਨੂਰ ਜਹਾਂ ਉੱਥੇ ਆ, ਜਹਾਂਗੀਰ ਵੀ ਉੱਥੇ ਆ, ਉਹਨਾਂ ਦਾ ਆਪਣਾ ਹੈ। ਤੇ ਇੱਕ ਦਿਨ ਉਹਦੇ ਮਨ ਦੇ ਵਿੱਚ ਆਉਂਦਾ ਹੈ ਕਿ ਮੈਂ ਸਤਿਗੁਰੂ ਦੇ ਦਰਸ਼ਨ ਕਰਨ ਜਾਣਾ ਹੈ, ਤੇ ਜਹਾਂਗੀਰ ਨੂੰ ਪੁੱਛਦੀ, ਉਹ ਕਹਿੰਦੇ ਵੀ ਚੱਲ ਜਾ। ਤੇ ਜਦੋਂ ਉਹ ਤਿਆਰ ਹੋ ਕੇ ਆਈ ਆ, ਇਤਿਹਾਸ ਕਹਿੰਦਾ ਹੈ ਕਿ ਸੁਹੱਪਣ ਉਹਦੇ ਕੋਲ ਹੈ, ਔਰ ਜਿਹੜੀ ਉਹਨੇ ਪੁਸ਼ਾਕ ਪਾਈ ਹੈ ਉਹਦੇ ਉੱਤੇ ਹੀਰੇ ਜੜੇ ਹੋਏ ਨੇ, ਮੋਤੀ ਜੜੇ ਹੋਏ ਨੇ, ਇੰਨੀ ਕੁ ਭਾਰੀ ਪੁਸ਼ਾਕ ਆ, 22 ਕਨੀਜ਼
ਆਪਣੀਆਂ ਨੌਕਰਾਣੀਆਂ ਬਾਈ ਔਰਤਾਂ ਨੌਕਰਾਣੀਆਂ ਉਹ ਉਹਦੇ ਪੱਲੂ ਫੜ ਕੇ ਨਾਲ ਤੁਰਦੇ ਪਏ ਨੇ ਤੇ ਫਿਰ ਸਤਿਗੁਰਾਂ ਦੇ ਦਰਬਾਰ ਚ ਆ ਰਹੀ ਆ। ਜਦੋਂ ਆਈ ਸੱਚੇ ਪਾਤਸ਼ਾਹ ਨੇ ਨਿਤਨੇਮ ਕੀਤਾ, ਨਿਤਨੇਮ ਕਰਨ ਤੋਂ ਬਾਅਦ ਹੁਣ ਉਹਦੇ ਮਨ ਦੇ ਵਲਵਲੇ ਹੋਰ ਆ। ਜਦੋਂ ਸਤਿਗੁਰੂ ਕੋਲ ਆਉਂਦੀ ਔਰ ਇੱਕ ਹੋਰ ਪੱਖ ਅਹਿਮ ਆ, ਸੱਚੇ ਪਾਤਸ਼ਾਹ ਕਹਿੰਦੇ ਬਈ ਗੁਰੂ ਪਾਤਸ਼ਾਹ ਦੀ ਸਰੀਰਕ ਤੌਰ ਤੇ ਉਮਰ 28.5 ਸਾਲ ਆ ਔਰ ਨੂਰ ਜਹਾਂ ਦੀ 29.5 ਸਾਲ ਉਮਰ ਆ। ਜਦੋਂ ਸਤਿਗੁਰੂ ਕੋਲ ਆਈ ਆ ਤੇ ਸੱਚੇ ਪਾਤਸ਼ਾਹ ਨੇ ਇੱਕੋ ਬਚਨ ਕਿਹਾ, ਐਸਾ ਸਾਚ ਸ਼ਿੰਗਾਰ ਬਣਾਏ ਪੁੱਤਰੀ ਜਿੱਤ ਪ੍ਰਭੂ ਚਿੱਤ ਆਵੇ। ਪੁੱਤਰੀ ਜਿਹੜਾ ਤੂੰ ਤਨ ਦੇ ਉੱਤੇ ਜਾਂ ਇਹਨਾਂ ਕੱਪੜਿਆਂ ਦੇ ਉੱਤੇ ਇੰਨਾ ਸ਼ਿੰਗਾਰ ਕਰਕੇ ਆਈ ਆ, ਕਿਤੇ ਮਨ ਦੇ ਉੱਤੇ ਇੰਨਾ ਸ਼ਿੰਗਾਰ ਕੀਤਾ ਹੁੰਦਾ ਤੈਨੂੰ ਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੋ ਜਾਣਾ ਸੀ, ਉਹਦਾ ਹੰਕਾਰ ਸਾਰਾ ਹੀ ਟੁੱਟ ਗਿਆ। ਇਹ ਆ ਪੱਗ ਤੇਰੀ ਕੀ ਜਾਂਗੀ ਉਹਦੀ। ਹੁਣ ਉਹ ਕੀ ਕਹਿੰਦੀ ਆ? ਉਹ ਕਹਿੰਦੀ ਸਿੱਖਾਂ ਦੇ ਸਤਿਗੁਰੂ ਉਹਦੇ ਮਨ ਦੇ ਵਲਵਲੇ ਆ, ਜੋ ਕਿਤਾਬਾਂ ਦੇ ਵਿੱਚ ਲਿਖਿਆ ਸ਼ਬਦਾਵਲੀ ਵੀ, ਵੈਸੇ ਮੈਂ ਕੋਸ਼ਿਸ਼ ਕਰਾਂਗਾ ਬੜੀ ਸੰਕੋਚ ਵੀ ਬੋਲਾਂ। ਉਹ ਕਹਿੰਦੀ ਹੈ ਵੀ ਸਤਿਗੁਰੂ ਤੁਹਾਡੇ ਮਨ ਚ ਕੋਈ ਵਿਕਾਰ ਨਹੀਂ ਆਉਂਦਾ, ਇੱਕ ਪਾਸੇ ਮੇਰੇ ਘਰ ਵਾਲਾ ਮੇਰਾ ਪਤੀ, ਮੈਂ ਕਿਸੇ ਹੋਰ ਨਾਲ ਪਹਿਲਾਂ ਨਿਕਾਹ ਹੋਇਆ ਸੀ ਤੇ ਇਹਨੇ ਇਹਦਾ ਦੋਸਤ ਸੀ ਜਹਾਂਗੀਰ ਦਾ, ਇਹਨੇ ਉਹਦਾ ਕਤਲ ਕਰ ਦਿੱਤਾ ਤੇ ਮੇਰੇ ਨਾਲ ਨਿਕਾਹ ਕੀਤਾ, ਸਤਿਗੁਰੂ ਤੁਹਾਡੇ ਮਨ ਚ ਵਿਕਾਰ ਨਹੀਂ ਆਉਂਦਾ? ਹੁਣ ਸਤਿਗੁਰੂ ਕੀ ਕਹਿੰਦੇ ਨੇ? ਸਤਿਗੁਰੂ ਕਹਿੰਦੇ ਪਹਿਲੇ ਨੰਬਰ ਤੇ ਸਾਨੂੰ ਮੌਤ ਚੇਤੇ ਆ, ਨੰਬਰ ਇੱਕ, ਜੇ ਮੌਤ ਚੇਤੇ ਆ ਫਿਰ ਵਾਹਿਗੁਰੂ ਚੇਤੇ ਰਹਿੰਦਾ, ਅਕਾਲ ਪੁਰਖ ਵਾਹਿਗੁਰੂ ਨਾਲ ਅਸੀਂ ਹਰ ਵੇਲੇ ਜੁੜੇ ਰਹਿੰਦੇ ਹਾਂ, ਜੇ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇ ਰਹਿੰਦੇ ਹਾਂ ਫਿਰ ਵਕਾਰ ਨੇੜੇ ਨਹੀਂ ਆਉਂਦੇ। ਇਹ ਤਿੰਨ ਗੱਲਾਂ ਨੇ। ਔਰ ਉਹ ਸਿਰ ਝੁਕਾ ਕੇ ਸਤਿਗੁਰੂ ਦੀ ਅਜ਼ਮਤ ਦੇ ਅੱਗੇ ਵਾਪਸ ਗਈ, ਪੱਗ ਤੇਰੀ ਕੀ ਜਹਾਂਗੀਰ ਦੀ, ਸਤਿਗੁਰੂ ਇਹ ਤੁਹਾਡਾ ਕਿਰਦਾਰ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਜੇ ਦੋ ਬਖਸ਼ਿਸ਼ਾਂ ਕੀਤੀਆਂ ਤੇ ਬੜੀਆਂ ਪਿਆਰੀਆਂ ਬਖਸ਼ਿਸ਼ਾਂ ਨੇ। ਇਸ ਤੋਂ ਅੱਗੇ ਹੁਣ ਇੱਥੇ ਸਵਾਲ ਜਵਾਬ ਬੜੇ ਹੋਏ, ਭਾਈ ਗੁਰਦਾਸ ਜੀ ਦੀ ਇੱਕ ਆਪਣਾ ਵਾਰ ਵੀ ਆਉਂਦੀ ਆ ਵੀ ਪਹਿਲੇ ਸਤਿਗੁਰੂ ਸ਼ਾਂਤ ਸੁਭਾਅ ਦੇ ਵਿੱਚ ਸੀ, ਇਹਨਾਂ ਨੇ ਆ ਕੇ ਸ਼ਿਕਾਰ ਕਰਨਾ ਸ਼ੁਰੂ ਕਰਤਾ, ਪਹਿਲੇ ਸਤਿਗੁਰਾਂ ਕੋਲ ਪਾਤਸ਼ਾਹ ਆਉਂਦੇ ਸੀ ਇਹ ਆਪ ਜਾਣ ਲੱਗ ਪਏ, ਇਹਨਾਂ ਨੇ ਕੁੱਤੇ ਰੱਖਿਆ ਇਹ ਸ਼ਿਕਾਰ ਕਰਦੇ ਆ, ਸਾਰਾ ਕੁੱਝ ਏਦਾਂ। ਜਿਹੜੇ ਇਸ ਸਿਧਾਂਤ ਨੂੰ ਸਮਝ ਨਹੀਂ ਸਕੇ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਔਰ ਦੋ ਪੱਖ ਆਉਂਦੇ ਆ, ਇੱਕ ਸਮਰੱਥ ਰਾਮਦਾਸ ਨੇ ਵੀ ਸਵਾਲ ਕੀਤਾ ਸੀ ਸੱਚੇ ਪਾਤਸ਼ਾਹ ਦੀ ਸ਼ਾਹੀ ਠਾਠ ਬਾਠ ਇਹ ਸਭ ਕੁਛ ਦੇਖ ਕੇ, ਤੇ ਗੁਰੂ ਪਾਤਸ਼ਾਹ ਨੇ ਕਿਹਾ ਸੀ ਬਾਤਨ ਫਕੀਰੀ ਜ਼ਾਹਰ ਅਮੀਰੀ। ਤੇ ਇਸ ਤੋਂ ਬਾਅਦ ਜਦੋਂ ਸਤਿਗੁਰੂ ਸਸਰਾਮ ਜਾਂਦੇ ਜਾਂ ਗੁਜਰਾਤ ਦੇ ਵਿੱਚ ਘਟਨਾ ਆਉਂਦੀ ਆ, ਸ਼ਾਹ ਦੌਲਾ ਦਾ ਚੇਲਾ ਇੱਕ ਜਹਾਂਗੀਰ ਉਹਨੇ ਆ ਕੇ ਕਿਹਾ ਸੀ ਬਈ ਮੀਰੀ ਕਿਹਾ ਤੇ ਪੀਰ ਕਿਹਾ, ਦੌਲਤ ਕਿਹਾ ਤੇ ਤਿਆਗ ਕਿਹਾ, ਲੜਕੇ ਕਿਹਾ ਤੇ ਬੈਰਾਗ ਕਿਹਾ, ਆਰਫ ਕਿਹਾ ਤੇ ਦੁਨੀਆਦਾਰ ਕਿਹਾ, ਮਜ਼ਬ ਕਿਹਾ ਤੇ ਸੱਚ ਕਿਹਾ। ਇਹ ਸਾਰੇ ਸਵਾਲ ਉਹਨੇ ਕੀਤੇ। ਸਤਿਗੁਰਾਂ ਨੇ ਜੋ ਜਵਾਬ ਦਿੱਤਾ ਸੀ ਉਹ ਬੜਾ ਪਿਆਰਾ ਜਵਾਬ ਸੀ। ਸਤਿਗੁਰੂ ਕਹਿੰਦੇ ਔਰਤ ਇਮਾਨ ਹੈ, ਦੌਲਤ ਗੁਜਰਾਨ, ਪੁੱਤਰ ਨਿਸ਼ਾਨ ਅੱਗੇ ਪੀੜ੍ਹੀ ਚਲਾਉਣ ਦੇ ਲਈ, ਪੁੱਤਰ ਨਿਸ਼ਾਨ, ਆਰਪ ਵਿਚਾਰ, ਮਜ਼ਬ ਸੁਧਾਰ, ਮਾਰੂ ਥਲਮੇ ਜਰ ਕੁਦਰਤ ਆਕਾਰ। ਬੜੇ ਪਿਆਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਜਵਾਬ ਦਿੱਤੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਸ ਤਰ੍ਹਾਂ ਦਾ ਜਵਾਬ ਦਿੱਤਾ, ਮੀਰੀ ਤੇ ਪੀਰੀ ਕਿਉਂ? ਦੋ ਪੰਕਤੀਆਂ ਨੇ, ਇੱਕ ਤਾਂ ਭਾਈ ਸਾਹਿਬ ਦੀ ਪੂਰੀ ਪੌੜੀ ਆ, ਇੱਕ ਮੈਂ ਦੋ ਪੌੜੀਆਂ ਦਾ ਜ਼ਿਕਰ ਕਰਨਾ ਚਾਹੁੰਦਾ। ਮੀਰੀ ਤੇ ਪੀਰੀ ਦੇ ਸਿਧਾਂਤ ਦੇ ਪਰਥਾਏ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਦੇਖੋ ਜਿੱਦਾਂ ਖੇਤ ਨੂੰ ਬਚਾਉਣ ਦੇ ਲਈ ਵਾੜ ਲਾਈ ਜਾਂਦੀ ਆ, ਖੇਤੇ ਵਾੜ ਸੋ ਢਿੰਗੜੀ, ਵਾੜ ਲਾ ਲਓ ਪਸ਼ੂਆਂ ਤੋਂ ਬਚਾਉਣ ਲਈ ਖੇਤ ਨੂੰ, ਤੇ ਬਾਗਾਂ ਦੇ ਕਹਿੰਦੇ ਪਹਿਲਾਂ ਬਾਗ ਲੱਗੇ ਹੁੰਦੇ ਸੀ ਤੇ ਜਦੋਂ ਬਾਗਾਂ ਦੀ ਰੱਖਿਆ ਕਰਨੀ ਹੁੰਦੀ ਤੇ ਬਾਹਰ ਵਾਲੇ ਪਾਸੇ ਕਿੱਕਰ ਦੇ ਬੂਟੇ ਲਾਏ ਜਾਂਦੇ ਸੀ। ਭਾਈ ਸਾਹਿਬ ਨੇ ਉਦਾਹਰਨ ਦਿੱਤੀ, ਕਿੱਕਰ ਆਸ ਪਾਸ ਜਿਉਂ ਬਾਗ ਹੈ, ਤੇ ਕਹਿੰਦੇ ਚੰਦਨ, ਚੰਦਨ ਦੇ ਕੋਲ ਹੁਣ ਸੱਪ ਏ, ਚੰਦਨ ਦੀ ਰਾਖੀ ਲਈ ਕਿਤੋਂ ਬੈਠਾ, ਸੱਪ ਲਪੇਟਾ ਚੰਦਨ ਹੈ, ਤੇ ਬੂਹੇ ਕੁੱਤਾ ਜਿੰਦਰਾ ਜਾਗੈ, ਤੇ ਬੂਹੇ ਦੇ ਵਿੱਚ ਕਹਿੰਦੇ ਘਰ ਦੀ ਰਾਖੀ ਲਈ ਕੁੱਤਾ ਜਾਂ ਜਿਹੜਾ ਜਿੰਦਾ ਉਹ ਲਗਾਉਣਾ ਪੈਂਦਾ। ਕਹਿੰਦੇ ਇਸੇ ਤਰੀਕੇ ਦੇ ਨਾਲ ਮੀਰੀ ਤੇ ਪੀਰੀ ਦਾ ਸੰਕਲਪ ਹੈ। ਦੂਸਰਾ ਪੱਖ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਿੱਦਾਂ ਦੇਖੋ ਖੂਹ ਦੇ ਵਿੱਚੋਂ ਪਾਣੀ ਕੱਢਣਾ ਹੋਵੇ ਨਾ ਤੇ ਡੋਲ ਨੂੰ ਰੱਸਾ ਪਾਉਣਾ ਪੈਂਦਾ, ਜੋ ਕੋ ਤੇ ਕਹਿੰਦੇ ਕਾਲੇ ਸੱਪ ਦੇ ਸਿਰ ਦੇ ਉੱਤੋਂ ਮਣੀ ਲਾਉਣ ਦੇ ਲਈ ਕਾਲੇ ਸੱਪ ਨੂੰ ਮਾਰਨਾ ਪੈਂਦਾ, ਕਸਤੂਰੀ ਹਿਰਨ ਦੀ ਨਾਭੀ ਦੇ ਵਿੱਚੋਂ ਕੱਢਣ ਲਈ ਉਹਨੂੰ ਮਾਰਨਾ ਪੈਂਦਾ ਹੈ। ਤੇ ਇਸੇ ਤਰੀਕੇ ਨਾਲ ਉਦਾਹਰਣਾਂ ਦੇ ਕੇ ਭਾਈ ਸਾਹਿਬ ਕਹਿੰਦੇ ਵੀ ਜਿਹੜਾ ਤੇਲ ਹੈ ਉਹ ਤੇਲ ਜਿਹੜਾ ਕਾਣੀ ਦੇ ਵਿੱਚ ਪੀੜਿਆ ਜਾਂਦਾ ਤਾਂ ਹੀ ਜਾ ਕੇ ਜਿਹੜਾ ਇਹ ਉਹ ਤੇਲ ਨਿਕਲਦਾ ਹੈ,
ਤੇ ਇਸੇ ਤਰੀਕੇ ਨਾਲ ਜਿਹੜੇ ਬੇਮੁਖ ਹੋ ਜਾਂਦੇ ਆ, ਜਿਹੜੇ ਲੋਕਾਂ ਦੇ ਉੱਤੇ ਜ਼ੁਲਮ ਕਰਦੇ ਆ, ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੇ ਅੰਦਰ ਦਇਆ ਨਾਂ ਦੀ ਕੋਈ ਚੀਜ਼ ਨਹੀਂ, ਉਹਨਾਂ ਨੂੰ ਸੋਧਣ ਦੇ ਲਈ ਉਹਨਾਂ ਬੇਮੁਖਾਂ ਦਾ ਮੂੰਹ ਜਿਹੜਾ ਉਹ ਸੋਧਾ ਲਾਉਣਾ ਪੈਂਦਾ। ਜੋ ਕਰ ਖੂਹੋਂ ਨਿਕਲੇ ਗਲ ਬੱਧੇ ਪਾਣੀ, ਜੋ ਮਣ ਕਾਲੇ ਸੱਪ ਸਿਰ ਹੱਸ ਦੇ ਨਾ ਜਾਣੀ, ਨਾਭ ਕਚੂਰੀ ਫਿਰਕ ਦੇ ਮਰ ਮੁੱਕੇ ਆਣੀ, ਤੇਲ ਤਲਿਓ ਕਿਉਂ ਨਿਕਲਿਆ ਬਿਨ ਪੀੜਿਆ ਕਹਾਣੀ, ਜੋ ਬੇਮੁਖ ਲੋਹਾ ਸਾਧੀ ਹੈ ਵਗਦੀ ਵਧਾਣੀ। ਜਿਹੜੇ ਬੇਮੁੱਖ ਆ ਉਹਨਾਂ ਦੇ ਉੱਤੇ ਜਿਹੜਾ ਲੋਹਾ ਹੈ ਉਹ ਸਾਧਿਆ ਜਾਂਦਾ ਹੈ, ਤਾਂ ਹੀ ਜਾ ਕੇ ਜਿਹੜੇ ਆ ਉਹ ਫਿਰ ਸਿੱਧੇ ਰਸਤੇ ਤੇ ਪੈਂਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਤਰੀਕੇ ਨਾਲ, ਛੇਵੇਂ ਪਾਤਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਦੋ ਕਿਰਪਾਨਾਂ, ਦੋ ਤਲਵਾਰਾਂ, ਮੀਰੀ ਔਰ ਪੀਰੀ, ਇਸ ਸਿਧਾਂਤ ਨਾਲ ਸੱਚੇ ਪਾਤਸ਼ਾਹ ਨੇ ਸਾਨੂੰ ਜੋੜਿਆ। ਇਸ ਤੋਂ ਅੱਗੇ ਆਪਾਂ ਜੇ ਆਪਾਂ ਸੱਤਵੇਂ ਪਾਤਸ਼ਾਹ ਦਾ ਜੀਵਨ ਦੇਖੀਏ, 2200 ਘੋੜ ਸਵਾਰ ਹਰ ਵੇਲੇ ਨਾਲ, ਔਰ ਮੀਰੀ ਪੀਰੀ ਦੇ ਸੰਕਲਪ ਨੂੰ 8ਵੇਂ ਪਾਤਸ਼ਾਹ ਦਾ ਜੀਵਨ ਚ ਦੇਖੋ। ਆਪਾਂ ਕੱਲ ਹੀ ਜੀਵਨ ਪੜ੍ਹ ਕੇ ਦੇ ਪ੍ਰਕਾਸ਼ ਪੁਰਬ ਸੀ, ਔਰ ਉਮਰ ਨੀ ਦੇਖਣੀ, ਔਰ ਕਮਾਲ ਦੀ ਗੱਲ ਇਹ ਆ ਵੀ ਇੱਕ ਪਾਸੇ ਸਲਤਨਤ ਦਾ ਰਾਜਾ ਹੈ ਔਰੰਗਜ਼ੇਬ, ਉਹ ਕਹਿੰਦਾ ਹੈ ਕਿ ਮੈਂ ਦਰਸ਼ਨ ਕਰਨ ਆਉਣਾ ਹੈ, ਸਤਿਗੁਰੂ ਕਹਿੰਦੇ ਨਹ ਮਲੇਸ਼ ਕੋ ਦਰਸ਼ਨ ਦੇ ਹੈ, ਮੀਰੀ ਔਰ ਪੀਰੀ ਨਹ ਮਲੇਸ਼ ਕੇ ਦਰਸ਼ਨ ਲੈ ਹੈ। ਇਹ ਆ 5 ਸਾਲ ਦੀ, 5 ਸਾਲ ਦੀ ਉਮਰ ਦੇ ਵਿੱਚ, 6-7 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਦੀ ਸੂਰਬੀਰਤਾ। ਔਰ ਕਹਿੰਦਾ ਵੀ ਜੇ ਕੁੱਝ ਲਿਖ ਕੇ ਭੇਜੋ ਤੇ ਇਹ ਨਹੀਂ ਹੈ ਵੀ ਖੁਸ਼ਾਮਦ ਕਰ ਦਿੱਤੀ ਬਾਬਾ ਰਾਮ ਰਾਏ ਵਾਂਗੂ, ਵੀ ਅੱਖਰ ਬਦਲ ਦਿੱਤਾ ਜਾ ਕੇ, ਅਜ਼ਮਤ ਦੇਖੀ, ਆਪਣਾ ਰਾਜ ਭਾਗ ਦੇਖਿਆ ਵੀ ਸ਼ਾਹੀ ਠਾਠਾ ਬਾਗਾ ਬਣ ਗਿਆ ਮੇਰਾ ਹੁਣ, ਤੇ ਅੱਖਰ ਬਦਲ ਦਿੱਤਾ। ਸੱਚੇ ਪਾਤਸ਼ਾਹ ਨੇ ਕੀ ਲਿਖ ਕੇ ਭੇਜਿਆ? ਕਾ ਕਿਆ ਖਾਧੇ ਕਿਆ ਪੈਂਦੇ ਹੋਏ, ਜਾ ਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓਗੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ ਕੀਤਾ ਭੋਗ ਵਿਲਾਸ। ਇਹ ਸ਼ਬਦ ਲਿਖ ਕੇ ਭੇਜਿਆ ਸਤਿਗੁਰ ਸੱਚੇ ਪਾਤਸ਼ਾਹ ਨੇ। ਔਰ ਕਮਾਲ ਦੀ ਗੱਲ ਹੈ, ਦਿੱਲੀ ਦੇ ਵਿੱਚ ਰਹਿ ਕੇ ਵੀ ਸਤਿਗੁਰ ਸੱਚੇ ਪਾਤਸ਼ਾਹ ਨਹੀਂ ਮਿਲੇ, ਸਤਿਗੁਰ ਸੱਚੇ ਪਾਤਸ਼ਾਹ 9ਵੇਂ ਪਾਤਸ਼ਾਹ ਸਤਿਗੁਰਾਂ ਨੇ ਛੋਟੀ ਉਮਰ ਦੇ ਵਿੱਚ ਹੀ ਤੇਗ ਵਾਹੀ, ਤਿਆਗ ਮਲ ਤੋਂ ਤੇਗ ਬਹਾਦਰ ਬਣਦੇ ਆ। ਸਤਿਗੁਰਾਂ ਦੀ ਬਾਣੀ ਨੂੰ ਪੜ੍ਹ ਕੇ ਦੇਖੋ, ਸਾਧੂ ਮਨਕਾ ਮਾਨ ਤੇ ਆਗੋ, ਕਾਮ ਕਰੋ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ, ਦੁੱਖ ਸੁੱਖ ਦੋਨੋਂ ਸ਼ਰਮ ਕਰ ਜਾਂਦੇ ਔਰ ਮਾਨ ਅਪਮਾਨ। ਇਹ ਸਤਿਗੁਰਾਂ ਦੀ ਸੂਰਬੀਰਤਾ ਹੈ। ਔਰ ਸਭ ਤੋਂ ਵੱਡੀ ਗੱਲ ਇਹ ਆ ਬਈ 5 ਮਹੀਨੇ ਪਹਿਲਾਂ ਜਦੋਂ ਕਸ਼ਮੀਰੀ ਪੰਡਿਤ ਆਉਂਦੇ ਨੇ ਤੇ ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਬਚਨ ਕਰ ਦਿੱਤਾ ਵੀ ਸਿਰ ਦਵਾਂਗੇ ਤੁਹਾਡੇ ਧਰਮ ਦੀ ਰੱਖਿਆ ਲਈ। ਤੇ 5 ਮਹੀਨੇ ਟੱਪਣ ਤੋਂ ਬਾਅਦ ਵੀ ਸਤਿਗੁਰਾਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਨਹੀਂ ਮੈਂ ਆਪਣਾ ਜਿਹੜਾ ਬਚਨ ਹੈ ਉਹ ਪਿੱਛੇ ਹਟਦਾ, ਆਪਣੇ ਬਚਨ ਤੋਂ ਪਿੱਛੇ ਹਟਦਾ। ਇਹ ਕਿਉਂਕਿ ਮਨੁੱਖੀ ਮਨ ਏਦਾਂ ਦਾ ਬੰਦਾ ਸੋਚ ਲੈਂਦਾ ਵੀ ਮੈਂ ਕੀ ਕੰਮ ਕਿਹਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਕਿਹਾ ਉਹ ਕੀਤਾ, ਇਹ ਸੂਰਬੀਰਤਾ। ਦਸਮ ਪਾਤਸ਼ਾਹ ਮਹਾਰਾਜ ਦਾ ਜੀਵਨ ਸਾਰਾ ਹੀ ਸੂਰਬੀਰਤਾ ਵਾਲਾ। ਉਸ ਤੋਂ ਬਾਅਦ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਜਦੋਂ ਆਪਾਂ ਸਿੱਖ ਜਰਨੈਲਾਂ ਦੇ ਜੀਵਨ ਦੀ ਗੱਲ ਕਰਦੇ ਹਾਂ, ਉਹਨਾਂ ਨੇ ਬੜੇ ਕਮਾਲ ਕੀਤੀ ਮੀਰੀ ਤੇ ਪੀਰੀ ਦੇ ਸਿਧਾਂਤ। ਸਭ ਤੋਂ ਪਹਿਲਾਂ ਜਰਨੈਲ ਸਾਡੀ ਕੌਮ ਦਾ ਬਾਬਾ ਬੰਦਾ ਸਿੰਘ ਬਹਾਦਰ। ਔਰ ਕਮਾਲ ਦੀ ਗੱਲ ਇਹ ਆ ਵੀ ਉਹਦਾ ਪਹਿਲਾ ਜੀਵਨ ਦੇਖੋ 38 ਸਾਲ ਦਾ, ਟੋਟਲ 44 ਕੁ ਸਾਲ ਦੀ ਉਮਰ ਹੈ। ਤੇ ਪਹਿਲਾ ਜੀਵਨ ਦੇਖੋ ਮੀਰੀ ਤੇ ਪੀਰੀ ਨੂੰ ਸਮਝ ਹੀ ਨਹੀਂ ਸਕੇ। ਔਰ ਜਿਹੜੇ ਜਿਹੜੇ ਕੱਚੇ ਗੁਰੂ ਦੀ ਸ਼ਰਨ ਦੇ ਵਿੱਚ ਜਾਂਦਾ ਹੈ ਉਹ ਵੀ ਇਸ ਸਿਧਾਂਤ ਤੋਂ ਬਿਲਕੁਲ ਅਣਜਾਣ ਆ। ਔਰ ਬੜਾ ਪੱਖ ਸਾਡੇ ਸਾਹਮਣੇ ਆ ਵੀ ਜਦੋਂ ਉਹਨੇ ਸ਼ਿਕਾਰ ਕੀਤਾ ਤੇ ਬੱਚੇ ਤੜਫਦੇ ਪਏ ਨੇ ਹਿਰਨੀ ਦੇ, ਤੇ ਉਹ ਬੈਰਾਗੀ ਬਣ ਗਿਆ, ਨਹੀਂ ਸਮਝ ਸਕਿਆ। ਪਰ ਅਗਲਾ ਪੱਖ ਦੇਖੋ ਕਿੰਨਾ ਕਮਾਲ ਦਾ ਹੈ। ਅਗਲੇ 8 ਸਾਲ ਜਦੋਂ ਆਉਂਦਾ ਹੈ ਪੰਜਾਬ ਨੂੰ, ਸਤਿਗੁਰੂ ਗੁਰਥਾਪੀ ਦਿੱਤੀ ਕੰਢ ਜੀ, ਉਹ ਥਾਪੜਾ ਦੇ ਕੇ ਤੋਰਦੇ, ਬਖਸ਼ਿਸ਼ ਕਰਦੇ ਆ, ਸਤਿਗੁਰੂ ਭੇਜਦੇ ਆ ਤੇ ਪੰਜਾਬ ਨੂੰ ਆਉਂਦੇ ਆ, ਔਰ ਇਲਾਕੇ ਜਿੱਤਦੇ ਆ, ਕੋਈ ਵੀ ਇਲਾਕਾ ਜਿੱਤਿਆ, ਸਮਾਣਾ, ਸਡੌਰਾ, ਸੋਨੀਪਤ, ਪਾਣੀਪਤ, ਸਰਹੰਦ ਤੱਕ। ਕਮਾਲ ਦੀ ਗੱਲ ਇਹ, ਗੁਰੂ ਦਾ ਸਿੱਖ ਆਪ ਨਹੀਂ ਅੱਗੇ ਹੋ ਰਿਹਾ, ਸਿੱਖਾਂ ਨੂੰ ਅੱਗੇ ਕਿਤੇ ਆਲੀ ਸਿੰਘ, ਕਿਤੇ ਬਾਜ ਸਿੰਘ, ਕਿਤੇ ਕਿਹੜਾ ਸਿੱਖ, ਕਿਤੇ ਕਿਹੜਾ ਸਿੱਖ। ਜੇ ਸਿੱਕਾ ਚਲਾਉਂਦਾ ਹੈ, ਮੋਹਰ ਚਲਾਉਂਦਾ ਤੇ ਆਪਣਾ ਨਾਮ ਨਹੀਂ ਹੈ, ਦੇਗੋ ਤੇਗੋ ਫਤਿਹ ਵਾਹ ਨੁਸਰਤ ਬੇਦਰੰਗ, ਜਾਂ ਸਿੱਕਾ ਜਦਬਰ ਹਰ ਦੋ ਆਲਮ। ਕਮਾਲ ਦੀ ਗੱਲ ਇਹ ਆ ਵੀ ਜਦੋਂ ਕਹਿ ਦਿੱਤਾ ਨਾ ਵੀ ਸਰਹੰਦ ਸਾਰੀ ਢਾ ਦਿੱਤੀ ਜਾਵੇ, ਇਹ ਆ ਮੀਰੀ ਪੀਰੀ ਸਿਧਾਂਤ, ਸਰਹੰਦ ਸਾਰੀ ਢਾ ਦਿੱਤੀ ਜਾਵੇ ਤੇ ਸਾਹਮਣੇ ਜਿਹੜੀ ਮਜ਼ਾਰ ਬਣੀ ਸੀ ਨਾ, ਜਾਂ ਕਹਿ ਲਓ ਮਸਜਿਦ ਬਣੀ ਹੋਈ ਸੀ, ਉੱਥੇ ਹੁਕਮ ਜਾਰੀ ਕਰ ਦਿੱਤਾ ਵੀ ਇਹਨੂੰ ਖਤਮ ਨਹੀਂ ਕਰਨਾ, ਇਹਨੂੰ ਢਾਉਣਾ ਨਹੀਂ ਹੈ, ਇਹਨੂੰ ਮਿੱਟੀ ਚ ਨਹੀਂ ਲਾਉਣਾ। ਪਿਛੋਕੜ ਦੇਖੋ ਗੁਰੂ ਸਾਹਿਬਾਨ ਤੋਂ ਪਹਿਲਾਂ ਮੰਦਿਰ ਢਾਏ ਜਾਂਦੇ ਸੀ, ਧਾਰਮਿਕ ਸਥਾਨ ਢਾਏ ਜਾਂਦੇ ਸੀ, ਪਰ ਜਦੋਂ ਗੁਰੂ ਨੇ ਜਿਹੜਾ ਸਿਧਾਂਤ ਦਿੱਤਾ ਉਹੀ ਸਿੱਖ ਆ ਜਿਹਨਾਂ 38 ਸਾਲ ਆਪਣਾ ਪਹਿਲਾ ਜੀਵਨ ਏਦਾਂ ਦਾ ਸੀ, ਅੱਜ ਹੁਕਮ ਜਾਰੀ ਕਰਦਾ ਪਿਆ ਵੀ ਧਾਰਮਿਕ ਸਥਾਨ ਨੁਕਸਾਨ ਨਹੀਂ ਪਹੁੰਚਾਉਣਾ, ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਸਮਝ ਰਿਹਾ। ਇਸ ਤੋਂ ਅੱਗੇ
अपना पुत्र जिवा किया जाता, मैं संखेप च करा, अपना पुत्र जिवा किया जाता है, अज अखा च पानी नहीं है। जो हिरनी के बच्चे देखे सी तड़पते उदो अखा च पानी बैरागी बनिया, अज उदो बैरागी वह बनिया सी जिहड़ा गुरमुख च प्रवान नहीं, अज वह बैराग दे विच आ गया जिहड़ा गुरमुख च प्रवान। ते उस बैराग दे उत्ते तुर के जदों अखा बंद, फरक्शियर कहिंदा भी अज अखा बंद क्यों हो गईआं, ते पुत शहीद हो गया, ते कहिंदा इस करके नहीं अखा बंद हुईआं, मेरा पुत शहीद करता है, अखा इस करके बंद हुईआं कि वह सतगुरु ने चार वार के मैनू जीवन जाच सिखाउण दी जाच दित्ती सी, मेरे कोल एक सी, मैं उहदा शुकराना करदा पिआ। इस तों अगे जदों आपां सिखां दा अगे आपां इतिहास पढ़दे हां और मीरी पीरी दा, क्योंकि जो गुरु पातशाह ने मीरी ते पीरी दी ए दोने तलवारा फड़ाईया ना, ते ए क्या सी के मजलूम दी रखिया ते जरवाणे दी पखिया, इस करके फड़ाई सी मीरी ते पीरी। जे इस सिद्धांत नूं आपां समझ लईए, जदों नादर शाह आउंदा है, नादर शाह आउंदा है, वह लुट के जांदा है हिंदुस्तान, ते हिंदुस्तान नूं जदों लुट के जांदा है, ते उन्हें दिल्ली दे विच ही 1,20,000 जवान बजुर्ग बच्चे बीबिया मातावान भैणा का कतल किया, और इस तो अगे 70 करोड़ का सोना, 25 करोड़ के तावान जंग, 1,000 हाथी, 10,000 ऊठ, 200 चंगे कारीगर, 200 लोहार, 300 राज मिस्त्री, ते हिंदुस्तान दियां बहु बेटियां नूं चुक के लैके जिहड़ा जा रहा है इथों। हुण कारण की है, हुण रोकण वाला कोई नहीं सी, किसे नूं पता नहीं, किसे नूं मीरी दे सिधांत दा पता नहीं भी मीरी नूं किस तरीके नाल वरतना है, पीरी नूं किस तरीके नाल वरतदा है। हुण इह उह सिखां दा जीवन आ जिहड़े पीरी दे सिधांत उत्ते वी महरा दे रहे, मीरी दे सिधांत उत्ते वी पहरा दे रहे, तुरे ने जदों पता लगा। ते सरदार जस्सा सिंह आलूवालिया दरिया चनाब दे कंढे ते जाके रोक लैंदे आ, बच्चियां नूं छड़ाउंदे आ, ते बच्चियां नूं छड़ा के और हौला करके उन्हूं उन्हूं वापस भेज दिया, खा हलका करके नादर शाह नूं, ते बच्चियां नूं घरों घरी जिहड़ा है उह भेजिया जांदा है, और मीरी ते पीरी दे सिधांत दे उत्ते पूरा पहरा दिंदे आ गुरु दे सिख, के मजलूम दी रखिया ते जरवाणे दी पखिया, इस सिधांत दे उत्ते पहरा दिता जांदा है, ते सतगुरु दे सिख इस तरीके दे नाल तुरे होए ने। ते जदों जकरिया नादर शाह नूं पता लगदा है, वह जकरिया खां नूं पुछदा, कहिंदा भी हमको लुटन हार बताए, जिन लुट खायो हमरो राह, मुल्क उसे की उड़ा दियो सवा। जदों जकरिया खां जवाब दिंदा, कहिंदा मुल्क मलक कोई नहीं गा, खड़े सोवें और चलदे खाएं, नह बैठे वह किते गिराएं, वह तां उन्हां दा कोई टिकाणा है ही नहीं, कोई पक्का टिकाणा तां है ही नहीं, वह खड़े आ, सौंदे आ, चलदे आ, ते इस तरीके नाल वह अगे अगे चलदे रहिंदे ने। जदों उन्हें तरीफा सुनिया ना सिखा दिया, बई इन्नी तरीफ दे मालक है, इन्नी बख्शिश दे मालक आ, ते एक उन्हूं कहना पै गया, कहिंदा ओ दिन दूर नहीं जिस दिन ये राजभाग संभालणगे, जिस दिन ये सच्ची राजभाग दे उत्ते बैठणगे। ये आसाद संगत मीरी पीरी का सिधांत, जिस सिधांत दे उत्ते छेवें पातशाह ने, जिस सिधांत दे उत्ते दसवें पातशाह ने, और गुरसिखां दे जीवन दे विच्चों जिहड़ा ये सिधांत है ये सानूं मिलदा पिया है। मीरी और पीरी दे सिधांत नूं संभाल के रखना, और इस सिधांत दे नाल सब तो वड्डी गल है किरदार नूं संभाल के रखना। अज मैं बेनती करां, जिहड़ा अज साडे पंजाब दी हालत होगी, बड़ा दुख लगदा है कि नौजवान बच्चे जिहड़े सच्ची ना मीरी नूं समझे ना पीरी नूं समझे, कतल कर दिते जांदे आ नौजवान बच्चे पहलां, फिर समा पा के इन्हां नूं कतल कर दिता जांदा। साडी त्रासदी इह आ कि असी इस सिधांत नूं घर घर च जां हर बच्चे तक जां हर परिवार तक लोड है, जिस तरह छेवें पातशाह महाराज ने कृपा कीती सी ना, ते पूरे पंजाब दे विच ही नहीं, जिथे जिथे भी हुक्मनामे जारी किते, जिथे जिथे तक भेजे, उन्हां सारिआं दे विच सच्चे पातशाह छेवें पातशाह महाराज ने कृपा करके उन्हां सारिआं नूं इस सिधांत तों जाणू करवाया, और सिख बड़ी चढ़दी कला नाल आके जुड़दे रहे। अजोके समय दे विच बड़ी लोड़ है सानू इस पासे वल ध्यान दे, भी सच्चे पातशाह जिहड़ी मीरी दे के गए और सच्चे पातशाह जिहड़ी पीरी दे के गए, इस मीरी उस इस पीरी दे उत्ते असी किस तरीके नाल तुरीए, साडा जीवन किस तरीके दे नाल होवे। असी दरबार साहिब नूं भी चेता रखना,
और असी अकात साहब नूं भी चेता रखना, असी किसी की गुलामी नहीं करनी, गुलामी च आके थां थां ते सिर नहीं चुकाना, असी केवल ते केवल एक गुरु के अगे सिर चुकाना है, सतगुरु के अगे सिर चुकाना है, सतगुरु की सिक्ख्या उत्ते तुरना है, और इस सिद्धांत के उत्ते पहरा दईए मीरी अते पीरी, भगती अते शक्ति, धर्म अते राजनीति, ये अलग अलग समान अर्थक शब्द ने। जिथे सिख ने बाणी भी पढ़नी आ, सिख देग भी चला रहा है, उत्थे सिख का समा जो आउंदा सिख ने देग भी पढ़नी आ, पर सतगुरु ने उन्दे लई कुछ नियम रखे ने। शर्त आजादी की है, आजादी की कुछ पाबंदियां हैं, इनका जो पाबंद है असल में वही आजाद है। जो असी इस सिद्धांत के उत्ते तुरंगे तो सतगुरु सच्चे पातशाह की यह जी बख्शिश आ, इस बख्शिश के उत्ते तुरंगे मीरी ते पीरी के सिद्धांत को समझांगे, फिर साड़ी जिंदगी साथ संगत जिदा कह लो भी एक आसा की वार जिक्र आता ना, भै विच चले लख दरियाओ, भै विच अगन कढ़े वेगार, भै विच धरती दबी भार, एक निर्मल भौ दे विच विचरांगे, फिर साड़ी जिंदगी आनंदमई भी होगी, सुखदाई भी होगी, ते एक आपां मर्यादा दे विच तुरे रहांगे। सतगुर सच्चे पातशाह कृपा करन, मीरी पीरी का जिहड़ा सिधांत है इहदी समझ सानू पै जाए, सतगुरु की सिक्ख्या उत्ते तुरीए, इन्नियां कु बेनतियां प्रवान करनियां। सारियां संगतां दा बहुत बहुत धन्नवाद, हुईयां भुल्लां चुक्कां दी खिमा करनी जी। वाहिगुरु जी का खालसा, वाहिगुरु जी।